होशियारपुर में आयोजित एक कार्यक्रम के दौरान पंजाब के सीएम भगवंत मान बांग्लादेश के हालात पर चुटकी लेते हुए केंद्र सरकार पर उन्होंने चलो केजरीवाल कर लो गोच न करों जेडे करोड़ा केजरीवाल की सोच वर्गे लोग पैदा हो गए देश ची करों फिर पब्लिक है लोग ने ਜੋ ਤੁਸੀਂ ਜ਼ਿਆਦਾ ਤਾਨਾਸ਼ਾਹੀ ਕਰੋਗੇ ਲੋਕਾਂ ਤੇ ਤਾਂ ਲੋਕਾਂ ਦਾ ਜੋ ਲੋਕ ਨੇ ਚੁੱਪ ਰਹਿਣ 5 ਸਾਲ ਬੁੱਲ ਸਿਉ ਲੈਣ 10 ਸਾਲ ਸੀਨੇ ਤੇ ਪੱਥਰ ਧਰ ਲੈਣ 15 ਸਾਲ ਜਮਈ ਮਨ ਮਾਰ ਕੇ ਚੁੱਪ ਰਹਿ ਲੈਣ 20 ਸਾਲ ਪਰ 20 ਸਾਲ ਬਾਅਦ ਫਿਰ ਜਦੋਂ ਜੋ ਉੱਠਦੇ ਨੇ ਨਾ ਜਿਹੜੇ ਲੋਕ ਜਾਗਦੇ ਨੇ ਫਿਰ ਕੱਲ ਦੇਖੇ ਹੋਣਾ ਬੰਗਲਾਦੇਸ਼ ਚ 20 ਸਾਲਾਂ ਬਾਅਦ ਉੱਠੇ ਨੇ ਤੇ ਅੱਧੇ ਘੰਟੇ ਚ ਭੱਜਣਾ ਪੈ ਗਿਆ ਪ੍ਰਧਾਨ ਮੰਤਰੀ ਦੇ ਘਰੇ ਮੁਰਗੀਆਂ ਤੇ ਬਤਕਾਂ ਵੀ ਲੈ ਗਏ ਚਾ ਕੇ ਉੱਥੇ ਜਿਹੜੀਆਂ ਹੈਗੀਆਂ ਸੀ अब रुक करते हैं दूसरी बड़ी और अहम खबर का अकाली दल के प्रधान सुखबीर बादल को लेकर कई सिख नेताओं की नाराजगी कम होने का नाम ही नहीं ले रही अकाली दल के गिरते हुए सियासी ग्राफ को लेकर पंथक राजनीति से जुड़ा अकाली दल दो धड़ों दो में बढ़ चुका है एक तरफ है बादल खेमा जो सुखबीर बादल के साथ खड़ा हुआ है दूसरी तरफ है अकाली दल से निष्कासित हो चुके कई अकाली नेता जो पंथक राजनीति को बचाने के लिए सुखबीर बादल का विरोध कर रहे हैं इसी बीच एसडीपीसी यानी कि श्रोमणी गुरुद्वारा प्रबंधक कमेटी के सदस्य मनजीत सिंह ने भी सुखबीर बादल को पद से हटाने की सलाह दी है साथ ही साथ पांच साल के लिए राजनीतिक और धार्मिक तौर पर पंथ से निष्कासित करने की भी मांग की गई है आ, आ, दो हजार पंद्रह तो लैके ही ये गल क्रोमणी अकाली दल की सरकार तो वो तो बहुत व्डिया गलतियां और गना हो और मैं इस करके पहला उ बरगाड़ी भी गया सारे अकाली दल तो अपना ਕਲਾਫ ਉਹ ਕੇ ਉੱਥੇ ਗਿਆ ਮੈਨੂੰ ਪਤਾ ਹੈ ਗੁਰੂ ਗ੍ਰੰਥ ਸਾਹਿਬ ਦੀ ਵਿਰਵੀ ਦਾ ਮਸਲਾ ਔਰ ਸਾਡਾ ਪਰਿਵਾਰ ਜਿਹੜਾ ਹੈ ਉਹ ਸਭ ਤੋਂ ਵੱਡ ਜਿਹੜਾ ਹੈ ਸਿੱਖੀ ਦਾ ਮਤਈ ਆ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਕਰਨਾ ਸਾਡਾ ਸਭ ਤੋਂ ਪਹਿਲਾ ਫਰਜ਼ ਹੈ ਸੋ ਜਿਹੜੀਆਂ ਗੱਲਾਂ ਅਸੀਂ ਕਹਿੰਦੇ ਹਾਂ ਅੱਜ ਉਹ ਗੱਲਾਂ ਮੈਂ ਸਮਝਦਾ ਕਿ ਉਹਨਾਂ ਨੇ ਮੰਨ ਲਿਆ ਹੂੰ ਜਿਹੜੇ ਮੰਨਦੇ ਨਹੀਂ ਸੀ ਔਰ ਕਾਲਪਤਖ ਸਾਹਿਬ ਤੇ ਵੀ ਮੈਂ ਸਮਝਦਾ ਕਿ ਆਉਣ ਨੂੰ ਤਿਆਰ ਨਹੀਂ ਸੀਗੇ ਔਰ ਮੈਂ ਤਾਂ ਕਾਲੀਦਲ ਪਹਿਲਾਂ ਛੱਡਦਾ ਇੱਕ ਤੁਹਾਨੂੰ ਮੈਂ ਵੀ ਗੱਲ ਸਪਸ਼ਟ ਕਰਦਾ ਕਿ ਮੈਂ ਤਾਂ ਕਾਲੀਦਲ ਪਹਿਲਾਂ ਛੱਡਦਾ ਮੈਂ ਬਾਗੀਆਂ ਪੁੱਗੀਆਂ ਦੇ ਨਹੀਂ ਗੱਲ ਉਹਨਾਂ ਨੂੰ ਤਾਂ ਕੱਢਿਆ ਗਿਆ ਮੈਂ ਛੱਡਿਆ ਹੂੰ ਸੋ ਉਹ ਜਿਹੜੇ ਕਾਲੀ ਸਿੰਘ ਜਿਹੜੇ ਪਾਸੇ ਹੋਏ ਸੀ ਉਹਨਾਂ ਨੂੰ ਵੀ ਕਾਲਪਤਖ ਸਾਹਿਬ ਤੇ ਨਾਲ ਲੈ ਕੇ ਮੈਂ ਇਸ ਕਰਕੇ ਆਇਆ ਸੀਗਾ ਕਿ ਕਾਲਪਤਖ ਸਾਹਿਬ ਸੁਪਰੀਮ ਆ ਔਰ ਉਹਨਾਂ ਨੇ ਖੁੱਲੇ ਦਿਲ ਨਾਲ ਇਹ ਗੱਲ ਕਹੀ ਵੀ ਸਾਥੋ ਆ ਗਲਤੀਆਂ ਹੋਈਆਂ ਹੀ ਬੋਲ ਨਹੀਂ ਸਕੇ ਉਹ ਸਾਰੇ ਸਾਹਮਣੇ ਆ ਹੂੰ ਸਰਦਾਰ ਸੁਖਬੀਰ ਸਿੰਘ ਬਾਦਲ ਬਾਰੇ ਕਹਿੰਦੇ ਸੀ ਕਿ ਉਹਨਾਂ ਨੇ ਗਲਤੀਆਂ ਕੀਤੀਆਂ ਨੇ ਔਰ ਸਾਰਾ ਸੰਸਾਰ ਸਾਰਾ ਸਿੱਖ ਕਹਿੰਦੇ ਸੀ। ਦੇਖ ਲਓ ਕਹਿੰਦੇ ਜਾਨੇ ਨਜਾਨੇ ਕਦੀ ਪਿੱਛੇ ਆਣ ਕੇ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਤੇ ਮਾਫੀ ਮੰਗ ਲਈ। ਕਦੇ ਚੁਪਕ ਕੀਤੇ ਜਿੱਤਰਾ ਉਹਨੇ ਇੱਕ ਨਾਲ ਲਾਈ ਉਹਨਾਂ ਨੇ ਆਪਣੀ ਉਹ ਚਿੱਠੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ। ਮੈਂ ਸਮਝਦਾ ਜੋ ਉਹ ਜਿਹੜੀ ਚਿੱਠੀ ਲਾਈ ਆ ਨਾਲ ਪਈ ਉਹਨਾਂ ਨੇ ਮੰਨੀ ਹੀ ਉਹ ਵੀ ਕਹੇ ਸਿੱਖ ਜਗਤ ਨੂੰ ਪਤਾ ਨਹੀਂ ਲੱਗਦਾ ਤਾਂ ਨਾ ਉਹ ਪੇਸ਼ ਹੋਏ। ਉਹ ਵੀ ਅਜਨਾ ਨਾਲ ਆਈ ਉਹ ਪੁਰਾਣੀ ਗਲਤੀ ਵੀ ਵੱਡੇ ਬਾਦਲ ਸਾਹਿਬ ਦੀ ਗਲਤੀ ਵੀ ਸੋ ਇਹਨਾਂ ਨੇ ਮੰਨ ਲਈ ਆ ਭਾਵੇਂ ਉਹਨਾਂ ਦੇ ਜਾਣ ਤੋਂ ਬਾਅਦ ਹੀ ਇਹਨਾਂ ਨੇ ਮੰਗੀ ਮੰਨੀ ਪਰ ਉਹ ਵੀ ਇਹਨਾਂ ਨੇ ਮੰਨ ਲਈ ਆ ਕਿ ਉਹ ਵੀ ਉਹਨਾਂ ਦੇ ਟਾਈਮ ਤੇ ਵੀ ਗਲਤੀ ਹੋਈ ਸੀ ਮੈਂ ਬੇਨਤੀ ਕਰਨੀ ਚਾਹੁੰਦਾ ਵੀ ਜਿਹੜੇ ਜਿਨ੍ਹਾਂ ਦੇ ਗਲਤੀਆਂ ਹੋਈਆਂ ਨੇ ਇਹਨਾਂ ਨੇ ਉਹ ਕੀਤੀਆਂ ਨੇ ਉਹਨਾਂ ਨੂੰ 5 ਸਾਲ ਵਾਸਤੇ ਸਿੰਘ ਸਭਾ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਆ ਪੰਜਾਂ ਨੂੰ ਵੀ ਕਿ ਉਹਨਾਂ ਨੂੰ ਧਾਰਮਿਕ ਤੌਰ ਤੇ ਤੇ ਰਾਜਨੀਤਿਕ ਤੌਰ ਤੇ ਇਹ ਜਿਹੜੀ ਇਸ ਸਭਾਵਾਂ ਤੋਂ ਪਰੇ ਕਰ ਦੇਣਾ ਚਾਹੀਦਾ ਵਾਂਝੇ ਕਰ ਦੇਣਾ ਚਾਹੀਦਾ ਤਾਂ ਕਿ ਆਨਲਾਈਨ ਟਾਈਮ 'ਚ ਕੋਈ ਗਲਤੀ ਨਾ ਕਰੇ ਕੋਈ ਐਡਾ ਵੱਡਾ ਗਨਾਹ ਇਹ ਗਲਤੀ ਨਹੀਂ ਗਨਾਹ ਹੈ ਇਹ ਪਾਪ ਹੋਇਆ ਤੇ ਪਾਪ ਦੀ ਜਿਹੜੀ ਸਜ਼ਾ ਹੁੰਦੀ ਆ ਉਹ ਤੁਹਾਨੂੰ ਪਤਾ ਬਹੁਤ ਵੱਡੀ ਹੁੰਦੀ ਆ ਸੋ ਇਸ ਕਰਕੇ ਮੇਰੀ ਸਿੰਘ ਸਾਹਿਬਾਨ ਨੂੰ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਆ ਕਿ ਇਹਨਾਂ ਨੂੰ 5 ਸਾਲ ਵਾਸਤੇ ਰਾਜਨੀਤਿਕ ਤੌਰ ਤੇ फरीदकोट पुलिस ने ब्लाइंड मर्डर केस में पर्दा उठाया है साथ ही साथ कत्ल में शामिल तीन लोगों को गिरफ्तार भी किया है दरअसल उनतीस तीस जुलाई को घनिया बाला गाँव में एक शख्स की हत्या गला रेत कर कर दी गई थी उसके बाद हत्या में शामिल महिला को गिरफ्तार किया गया और एक हफ्ते के भीतर मोडो केस से जुड़े तीनों और आरोपियों को गिरफ्तार कर लिया गया पुलिस के मुताबिक इस केस में आरोपी महिला ने प्रेम संबंधों के चलते अपने पति को मौत के घाट उतारा और उसके लिए उसने प्रेमी और उसके साथियों के साथ मिलकर पहले पूरी साजिश रची और फिर वारदात को अंजाम दिया पुलिस ने जिन तीन लोगों को गिरफ्तार किया है उनके नाम हैं करण गिल लवप्रीत और हरप्रीत सिंह आज तक पंजाब में आज के लिए बस इतना ही लेकिन देश और दुनिया की तमाम बड़ी और अहम खबरों के लिए आप देखते रहिए आज तक